पंजाब दे लोकां ने बदल वेख्या सी ते बदल दे बड़े बड़े रूप आ गए ने सामने। सो हुण की कहना चाहोगे तुसी? मैं बेनती करना चाहुंदा साडे हलका दे अति फिरोजपुर नूं कि सानू पार्टी बीजेपी इको पार्टी आ जिहड़े कि साडे पंजाब नूं बचा सकती आ, साडे हलके नूं बचा सकती। मैं तां उहदे हलकिआं नूं बेनती कर सकदा। सो सानू तकड़े हो के आने वाली जिहड़ी सरकार आ 24 दे विच भी सेंटर दे विच भी बीजेपी लैके आनी चाहिए आ, और जिहड़ी 27 दे विच जिहड़ी साडी सरकार आ ओह जिहड़ी बननी आ ओह भी मैं तुहानू दस रिहा तुहाडे चरणां ही। बेनती करदा कि लोकां नूं वी कि 27 दे विच साडी 27 दे विच बीजेपी दी सरकार साडी नरोल बन जाए। सर कई पिंडां दे विच अजे भी जिहड़े रेतां दे माफिए वो इदां ही चलदे आ रहे ने, उहदे ते कई जो टिप्पर फड़े जांदे ने उहदे उपर कई जिहड़े ਹੈਗੇ ਨੇ ਨੇਤਾ ਕੋਈ ਫੋਨ ਕਰ ਦਿੰਦੇ ਨੇ ਉੱਪਰ ਜਿਹੜੇ ਟਰਾਲੇ ਛੱਡੇ ਜਾਂਦੇ ਨੇ ਉਹਨਾਂ ਦੇ ਉੱਪਰ ਸਰ ਕੀ ਕਹਿਣਾ? ਜੋ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਰੇਤਾ ਬਹੁਤ ਸਸਤੀ ਮਿਲੇਗੀ, ਉਹਦੇ ਉੱਪਰ ਬਹੁਤ ਵੱਡੀ ਚੀਜ਼ਾਂ ਦੇਖਣ ਨੂੰ ਨਹੀਂ ਮਿਲੀ ਕਿ ਆਰਮੀ ਏਰੀਆ ਦੇ ਵਿੱਚ JCB ਲਗਾ ਕੇ ਅਤੇ ਟਿੱਪਰ ਭਰੇ ਜਾ ਰਹੇ ਨੇ। ਦੇਖੋ ਕਦੇ ਇਹ ਜਿਹੜਾ ਰੇਤਾ ਸੀ ਭੱਲਾ ਨਸ਼ਾ ਸੀ, ਸਾਡੇ ਜਿਹੜੀ ਆਪ ਦੀ ਸਰਕਾਰ ਆ ਉਹਨਾਂ ਨੇ ਬੜੇ ਵਾਅਦੇ ਕੀਤੇ ਸੀ ਔਰ ਗਰੰਟੀਆਂ ਦਿੱਤੀਆਂ ਸੀ ਵੀ ਅਸੀਂ ਕਰਾਂਗੇ। ਸਿਵਲ ਹਸਪੀਟਲ ਦੇ ਵਿੱਚ ਜਿਹੜੀ ਗੁੰਡਾਗਰਦੀ ਵਾਲਾ ਮੈਂ ਤਾਂ ਕਹਾਂਗਾ ਰਵੱਈਆ ਜਿਹੜਾ ਅਪਣਾਇਆ ਗਿਆ ਪੰਜਾਬ ਪੁਲਿਸ ਦੇ ਵੱਲੋਂ, ਸੋ ਉਹਦੇ ਬਾਰੇ ਕੁਝ ਕਹਿਣਾ ਚਾਹੋਗੇ? ਕਿਉਂਕਿ ਮੀਡੀਆ ਦੀ ਆਵਾਜ਼ ਨੂੰ ਕਿਤੇ ਨਾ ਕਿਤੇ ਦੱਬਣ ਦੀ ਕੋਸ਼ਿਸ਼ ਕਰ ਰਹੇ ਨੇ। ਬਿਲਕੁਲ, ਜਿਹੜਾ ਮੀਡੀਆ ਦੀ ਆਵਾਜ਼ ਆ ਇੱਕ ਥੰਮ ਆ ਸਾਡੇ, ਜਿਵੇਂ ਕਿ ਤੁਸੀਂ ਗੱਲ ਕਰ ਰਹੇ ਹੋ ਕਿ ਅਸੀਂ ਵੀਡੀਓ ਬਣਾਉਣ ਗਏ ਸੀ, ਨਾ ਤਾਂ ਅਜੇ ਤੀਕਰ ਮੀਡੀਆ ਦੀ ਆਵਾਜ਼ ਕੋਈ ਰੋਕ ਸਕਿਆ ਅਤੇ ਨਾ ਹੀ ਅਜੇ ਕੋਈ ਰੋਕ ਸਕਿਆ। ਸਰ ਉਹਦੇ 'ਚ ਜਿਹੜਾ SHO ਦਾ ਪਿਆਰ ਦੇਖਣ ਲਈ ਮਿਲਿਆ ਜਦੋਂ ਪੱਤਰਕਾਰ ਕਈ ਉਹਨਾਂ ਨੂੰ ਮਿਲਣ ਗਏ, ਜਦੋਂ ਉਹਨਾਂ ਤੋਂ ਇੱਕ ਸਵਾਲ ਕੀਤਾ ਗਿਆ ਕਿ ਜਿਹੜੀ ਤੁਸੀਂ ਤੁਹਾਡੇ ਥਾਰੇ ਹਵਲਦਾਰ ਨੇ ਵੀਡੀਓ ਡਿਲੀਟ ਕੀਤੀ ਹੈ ਨਸ਼ੇ ਦੀ, ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਫਿਰ ਕੀ ਹੋ ਗਿਆ ਜੋ ਵੀਡੀਓ ਡਿਲੀਟ ਹੋ ਗਈ? ਅਤੇ ਉਹਦੇ ਉੱਪਰ ਸਰ ਤੁਹਾਡਾ ਕੀ ਕਹਿਣਾ? ਨਹੀਂ, ਬਹੁਤ ਹੀ ਮਾੜੀ ਗੱਲ ਆ ਜੇ ਕਿਸੇ ਹਵਾਲਦਾਰ ਨੇ ਵੀਡੀਓ ਡਿਲੀਟ ਕੀਤੀ ਆ, ਇਹ ਬਿਲਕੁਲ ਮਾੜੀ ਗੱਲ ਆ, ਇਹ ਨਹੀਂ ਹੋਣਾ ਚਾਹੀਦਾ ਸੀ। ਮੈਂ ਪੰਜਾਬ ਪੁਲਿਸ ਨੂੰ ਔਰ ਸਰਦਾਰ ਭਗਵੰਤ ਸਿੰਘ ਮਾਨ ਨੂੰ CM ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਨਸ਼ਾ ਜਿਹੜਾ ਪਿੰਡਾਂ ਦੇ ਵਿੱਚ ਸਾਡੇ ਨੌਜਵਾਨ ਜਿਹੜੇ ਰੋਜ਼ਾਨਾ ਜਿਹੜੇ ਉਹਨਾਂ ਦੀ ਮੌਤ ਹੋ ਰਹੀ ਆ, ਸਾਡਾ ਦੇਸ਼ ਦਾ ਭਵਿੱਖ ਆ ਸਾਡੇ ਬੱਚੇ, ਜੇ ਇਹੀ ਹਾਲ ਰਿਹਾ ਕਿ ਸਾਡਾ ਜਿਹੜਾ ਪੰਜਾਬ ਕਿਸੇ ਦਿਨ ਖਤਮ ਹੋ ਜੂਗਾ। ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਸਾਰੇ ਕੰਮਾਂ ਨਾਲੋਂ ਧਿਆਨ ਛੱਡ ਕੇ ਖਾਸ ਕਰਕੇ ਸਾਡੇ ਜਿਹੜੇ ਨੌਜਵਾਨ ਨਸ਼ੇ 'ਤੇ ਲੱਗੇ ਆ ਉਹਨਾਂ ਦਾ ਇਲਾਜ ਕਰਵਾਉਣਾ ਚਾਹੀਦਾ ਔਰ ਉਹਨਾਂ ਨੂੰ ਜਿਹੜਾ ਸਹੀ ਰਸਤੇ 'ਤੇ ਜਿਹੜਾ ਪਾਉਣਾ ਚਾਹੀਦਾ। ਸਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਰਣਨੀਤੀ ਇੱਕ BJP ਦੀ ਤਰਫੋਂ ਤਿਆਰ ਕੀਤੀ ਜਾ ਰਹੀ, ਜਿਹੜੇ ਇਲੈਕਸ਼ਨ ਆ ਰਹੇ ਨੇ ਉਹਦੇ ਉੱਪਰ ਸਰ ਫਿਰੋਜ਼ਪੁਰ ਦੀ ਉੱਪਰ ਕਿਹੜੀ ਰਣਨੀਤੀ ਨਵੀਂ ਰਹੇਗੀ ਜਿਹੜੀ 20 ਤਰੀਕ ਨੂੰ ਰੈਲੀ ਹੈ? ਦੇਖੋ ਸਾਡੀ ਲੋਕ ਸਭਾ ਦਾ ਇਲੈਕਸ਼ਨ 24 ਦੇ ਵਿੱਚ ਆ ਰਿਹਾ, ਉਹਦੀ ਅਸੀਂ ਜਿਹੜੀ ਤਿਆਰੀ ਆ ਪੂਰੇ ਜ਼ੋਰਾਂ ਸ਼ੋਰਾਂ 'ਤੇ ਅਸੀਂ ਕਰ ਰਹੇ ਹਾਂ। ਮੈਂ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹੁੰਦਾ ਕਿ ਜਿਹੜੀ BJP ਇੱਕੋ ਪਾਰਟੀ ਆ ਜਿਹਦੇ ਵਿੱਚ ਜ਼ੋਰਾਂ 'ਤੇ ਜਿਹੜੇ ਲੋਕ ਧੜਾ ਧੜ ਜਿਹੜੇ ਸਾਰੀਆਂ ਪਾਰਟੀਆਂ ਨੂੰ ਛੱਡ ਕੇ BJP ਦੇ ਵਿੱਚ ਸ਼ਾਮਿਲ ਹੋ ਰਹੇ ਆ, ਭਲਾ ਉਹ ਵੱਡੇ ਲੀਡਰ ਹੋਣ ਉਹ ਵੀ BJP 'ਚ ਸ਼ਾਮਿਲ ਹੋ ਰਹੇ ਆ, ਭਲਾ ਉਹ ਆਮ ਲੋਕ ਹੋਣ, ਭਲਾ ਉਹ ਸਰਪੰਚ ਹੋਣ, ਇੱਥੋਂ ਤੱਕ ਕਿ ਜਿਹੜੇ ਵਰਕਰ ਉਹ ਵੀ ਛੱਡ ਕੇ ਸਾਰੀਆਂ ਪਾਰਟੀਆਂ ਨੂੰ BJP ਨੂੰ ਇੱਕ ਦੇਖ ਰਹੇ ਆ ਕਿ ਇੱਕੋ ਪਾਰਟੀ ਜਿਹੜੀ BJP ਆ ਸਾਨੂੰ ਜਿਹੜਾ ਦੇਸ਼ ਨੂੰ ਬਚਾ ਸਕਦੀ ਆ। ਤੁਸੀਂ UP ਦੇ ਵਿੱਚ ਕੀ ਹਾਲ ਸੀਗਾ, ਗੁੰਡਾਗਰਦੀ ਕਿੰਨੀ ਸੀ, ਅੱਜ ਲੋਕ ਜਿਹੜੇ ਸਾਡੇ ਪੰਜਾਬੀ ਟਰੱਕ ਡਰਾਈਵਰ ਉੱਧਰ ਜਾ ਕੇ ਟਰੱਕ ਜਾਂਦੇ ਆ ਉਹ ਡਰਦੇ ਰਾਤ ਨੂੰ ਟਰੱਕ ਨਹੀਂ ਚਲਾਉਂਦੇ ਸੀ, ਪਰ ਅੱਜ ਉਹਨਾਂ ਨੂੰ ਪੁੱਛ ਕੇ ਦੇਖੋ ਜਿਹੜੇ ਕਿ UP ਦੇ ਵਿੱਚ ਜੋਗੀ ਜੀ ਨੇ ਸਾਡੇ ਜਿਹੜੇ CM ਸਾਹਿਬ ਆ BJP ਦੇ ਉਹਨਾਂ ਨੇ ਗੁੰਡਾਗਰਦੀ ਬਿਲਕੁਲ ਖਤਮ ਕਰ ਦਿੱਤੀ ਆ, ਪਰ ਅੱਜ ਲੋਕ ਜਿਹੜੇ ਪੰਜਾਬ ਦੇ ਵਿੱਚ ਵੀ ਵੇਖ ਰਹੇ ਆ ਕਿ ਸਾਨੂੰ ਜਿਹੜਾ ਜੋਗੀ ਵਰਗਾ ਜਿਹੜਾ CM ਚਾਹੀਦਾ ਜਿਹੜਾ ਕਿ ਸਾਡੇ। ਹਾਂਜੀ ਲਾਡੀ ਗੈਰੀ ਸਾਹਿਬ ਜੀ, ਇੱਕ ਕੱਲ੍ਹ ਜਿਹੜੀ ਭਾਜਪਾ ਦੀ ਰੈਲੀ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ, ਉਸ ਰੈਲੀ ਦੇ ਵਿੱਚ ਕਿਹੜੇ ਕਿਹੜੇ ਜਿਹੜੇ ਨੇਤਾ ਲੋਕ ਇੱਥੇ ਸਾਡੇ ਕੋਲ ਪਹੁੰਚ ਰਹੇ ਨੇ? ਮੈਂ ਤੁਹਾਡੇ ਚੈਨਲ ਰਾਹੀਂ ਜਾਣਕਾਰੀ ਦੇਣਾ ਚਾਹੁੰਦਾ ਕਿ ਉਹ 20 ਤਰੀਕ ਦੀ ਜਿਹੜੀ ਆ ਫਿਰੋਜ਼ਪੁਰ ਲੋਕ ਸਭਾ ਦੀ ਸਾਡੀ ਰੈਲੀ ਹੋਣ ਜਾ ਰਹੀ ਹੈ BJP ਦੀ, ਜਿਹਦੇ ਵਿੱਚ ਸੈਂਟਰ ਦੇ ਸਾਡੇ ਮਿਨਿਸਟਰ ਸਾਹਿਬ ਆ ਰਹੇ ਨੇ ਔਰ ਸਾਡੇ ਮਾਣਯੋਗ ਅਸ਼ਵਨੀ ਜੀ ਪੰਜਾਬ ਪ੍ਰਧਾਨ ਸਾਡੇ BJP ਦੇ ਉਹ ਆ ਰਹੇ ਨੇ, ਹੋਰ ਜਿਹੜੇ ਸਾਡੇ ਅਵਤਾਰ ਸਿੰਘ ਜੀ ਮਿੰਨਾ ਜੋ ਕਿ ਸਾਡੇ ਜ਼ਿਲ੍ਹਾ ਪ੍ਰਧਾਨ ਨੇ BJP, ਸਾਡੇ ਗੁਰਮੀਤ ਸਿੰਘ ਰਾਣਾ ਸੋਢੀ ਜੀ, ਨੰਨੂ ਜੀ ਸੁਖਪਾਲ ਸਿੰਘ ਨੰਨੂ ਜੀ ਔਰ ਬਹੁਤ ਹੀ ਜਿਹੜੇ ਸਾਡੇ BJP ਦੀ ਸੀਨੀਅਰ ਲੀਡਰਸ਼ਿਪ ਜਿਹੜੀ ਉਹ ਸਾਡੀ ਰੈਲੀ ਵਿੱਚ ਪਹੁੰਚੇ। ਸੋ ਜਿਹੜੀ ਇਹ ਰੈਲੀ ਕਿਹੜੇ ਮੁੱਦਿਆਂ 'ਤੇ ਹੋਏਗੀ ਜੀ? ਸਾਡੇ ਸੈਂਟਰ ਦੀ ਸਰਕਾਰ ਨੂੰ BJP ਦੀ 9 ਸਾਲ ਪੂਰੇ ਹੋ ਚੁੱਕੇ ਆ, ਉਹਦੇ ਵਿੱਚ ਜੋ ਜੋ ਅਸੀਂ ਜਿਹੜੀਆਂ ਕੰਮ ਕਰਾਏ ਆ ਸੈਂਟਰ ਨੇ
सो सर एक जिहड़ी पंजाब दी सरकार दे वल्लों तकरीबन साल तो ज़्यादा समा गुजर चुका है, उन्हां दी इस सारे इस समय नूं किद्दां तुसीं देखदे हो कि पंजाब दे हालात किद्दां दे ने अज? देखो पंजाब दे हालात मैं तुहानूं दसणा चाहुंदा कि किसे नूं शुभे नहीं है, उन्होंने कोई विकास नहीं कराया सवा साढ़े माणियो भगवंत मान जी, वो सिर्फ चुटकले सुना सकते हैं ना कि वह विकास करा सके। डेढ़ साल हो गया लोग जेडे अज पछता रहे हैं कि जेडे असी वोट पाई आ उन्होंने जेडे काम आ वह सारे अधूरे पे आ। जदों 17 तो लैके 22 तक जेडे काम पिछले होए सरकारां दे, इस सरकार च कोई काम नहीं हजे। सो कल भी जिहड़ा एक कतल हो गया फिरोजपुर के, हालात बड़े नाजुक बने हुए हैं, भट्टियाले वस्ती एक नौजवान का कतल हो जाता है, चिट्टे दे नाल रोजाना जिहड़े मौतां हो रही ने, पर सरकार कह रही है कि नशे बिल्कुल बंद कर दिए गए। देखो नशा अजे तक कोई बंद नहीं होया, तुसी सारे जानते हो नशा बंद होना बहुत ही जरूरी है। जिहड़े पंजाब के हालात आ जिहड़े कि अज बहुत माड़े चल रहे हैं, कितने कोई फरौती मंग रहा, कितने कोई कतल हो रहा, कोई जिहड़े कोई बंदे लुट्टां कोल चोरी हुई है लुधियाने दे विच 8 करोड़ 49 लख दी, कुछ बंदे अजे फरीचे आ, कुछ बंदे जिहड़े अजे